ਸਤਿ ਸ਼੍ਰੀ ਅਕਾਲ, ਤੁਸੀਂ ਦੇਖ ਰਹੇ ਹੋ ਵਨ ਇੰਡੀਆ ਪੰਜਾਬੀ। ਮੈਂ ਹਾਂ ਸੰਦੀਪ ਸਿੰਘ ਖਰਲ, ਔਰ ਮੇਰੇ ਨਾਲ ਖਬਰਾਂ ਉੱਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ ਜਸਬੀਰ ਸਿੰਘ ਪੱਟੀ ਸਾਹਿਬ। ਪੱਟੀ ਸਾਹਿਬ, ਸਵਾਗਤ, ਬਹੁਤ ਬਹੁਤ ਸਤਿ ਸ਼੍ਰੀ ਅਕਾਲ ਜੀ। ਪੱਟੀ ਸਾਹਿਬ, ਕੱਲ 15 ਅਗਸਤ ਹੈ ਤੇ ਬੜੀਆਂ ਮੁਬਾਰਕਾਂ, ਉਹ ਇਸ ਕਰਕੇ ਬਈ ਇੱਕ ਤੇ 78ਵਾਂ ਆਜ਼ਾਦੀ ਦਿਵਸ ਹੈ ਤੇ ਨਾਲ ਦੀ ਨਾਲ ਹੀ ਪੰਜਾਬ ਦੇ ਵਿੱਚ ਨਸ਼ਾ ਜਿਹੜਾ ਇਹ ਖਤਮ ਹੋ ਗਿਆ, ਕਿਉਂਕਿ ਪਿਛਲੇ ਸਾਲ ਮੁੱਖ ਮੰਤਰੀ ਭਗਵੰਤ ਮਾਨ ਹੁਣਾਂ ਨੇ ਕਿਹਾ ਸੀਗਾ ਵੀ 15 ਅਗਸਤ ਤੱਕ ਪੰਜਾਬ ਦੇ ਵਿੱਚੋਂ ਨਸ਼ਾ ਜਿਹੜਾ ਵਾ ਅਸੀਂ ਖਤਮ ਕਰ ਦੇਣਾ, ਤੇ ਪੁਲਿਸ ਨੇ ਤੇ ਸਰਕਾਰ ਨੇ ਬੜਾ ਵਧੀਆ ਕੰਮ ਕੀਤਾ ਤੇ ਪੰਜਾਬ ਇਸ ਵਕਤ ਨਸ਼ਾ ਮੁਕਤ ਬਣ ਚੁੱਕਿਆ ਜੀ। ਜਿਹੜੀ ਭਗਵੰਤ ਮਾਨ ਹੋਰਾਂ ਦੀ ਪਿਛਲੇ ਸਾਲ ਦੀ 15 ਅਗਸਤ ਦੀ ਸਪੀਚ ਹੈ, ਤੁਸੀਂ ਉਹ ਸੁਣੋ। ਉਹਦੇ ਚ ਬਕਾਇਦਾ ਤੌਰ ਤੇ ਕਹਿੰਦੇ 26 ਜਨਵਰੀ ਤੱਕ ਤੇ ਮੋਰ ਓਵਰ ਅਗਲੀ 15 ਅਗਸਤ ਤੱਕ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਕਰਾ ਦਾਂਗੇ। ਤੇ ਜਿਹੜੇ ਲੋਕ ਕਹਿੰਦੇ ਪਿੱਪਲ ਦੇ ਥੱਲੇ ਜਾਂ ਨਕਲੀ ਤੌਰ ਤੇ ਗੱਡੀ ਦਾ ਬੋਰਡ ਖਲੋ ਕੇ ਬਹਾਨਾ ਬਣਾ ਕੇ ਨੌਜਵਾਨਾਂ ਨੂੰ ਗੁਮਰਾਹ ਕਰਕੇ ਤੇ ਉਹਨਾਂ ਨੂੰ ਨਸ਼ੇ ਵੇਚਦੇ ਤੇ ਉਹਨਾਂ ਦੀ ਪਛਾਣ ਅਸੀਂ ਕਰ ਲਈ ਆ, ਉਹ ਜਲਦੀ ਹੀ ਕਾਨੂੰਨ ਦੀ ਗ੍ਰਿਫਤ ਚ ਆਉਣ। ਭਗਵੰਤ ਮਾਨ ਉਹਨਾਂ ਨੂੰ ਵਧਾਈ ਇਸ ਗੱਲ ਦੀ। ਲੇਕਿਨ ਭਗਵੰਤ ਮਾਨ ਹੋਰੀ ਇਹ ਦੱਸਦੇ ਹਨ, ਅੱਜ ਦੀ ਡੇਟ ਆਜ਼ਾਦੀ ਦੀ ਗੱਲ ਕਰਦੇ ਅਸੀਂ, 15 ਅਗਸਤ ਆਜ਼ਾਦੀ ਦਿਵਸ ਹੈ, ਆਜ਼ਾਦੀ ਦਿਵਸ ਜਿਹੜੇ ਸਾਡੇ ਹੈਗੇ ਸੀ ਬਕਾਇਦਾ ਤੌਰ ਤੇ ਆਜ਼ਾਦੀ ਘੁਲਾਟੀ, ਉਹ ਤਾਂ ਇਸ ਕਰਕੇ ਨਹੀਂ ਦਵਾਈ ਸੀ ਵੀ ਤੁਸੀਂ ਫਿਰ ਜਾ ਕੇ ਮਜ਼ਦੂਰ ਦੀ ਮਜ਼ਲੂਮ ਦੀ ਲੁੱਟ ਕੀਤੀ ਜਾ। ਭਗਵੰਤ ਮਾਨ ਜੀ ਨਸ਼ੇ ਤੇ ਵੇਖ ਹੀ ਰਹੇ ਆ ਤੇ ਨਸ਼ੇ ਦਾ ਜਿਹੜਾ ਤੁਹਾਡਾ ਕਲਰਕ ਜਾਂ ਅਫਸਰ ਬੈਠਾ ਨਾ 80,000 ਰੁਪਏ ਤਨਖਾਹ ਦਿੰਦਾ ਵਾ, ਤੇ ਤਪ ਤੇ ਸੂਰਜ ਦੀ ਗਰਮੀ ਦੇ 300 ਰੁਪਇਆ ਜਿਹੜਾ ਬੰਦਾ ਦਿਹਾੜੀ ਕਮਾਉਂਦਾ ਉਹਦੇ ਕੋਲੋਂ ਰਿਸ਼ਵਤ ਲੈਂਦੇ, ਕੀ ਇਹ ਕੋਈ ਇਨਸਾਨੀਅਤ ਹੈ? ਸ਼ੁਰੂ ਕੀਤੀ ਸੈਸ਼ਨ ਜੱਜ ਨੂੰ ਕਿਹਾ
ਕਿ ਭਾਈ ਲੋਕਾਂ ਦਾ ਰਾਬਤਾ ਕਰ ਵਿਰੁੱਧ ਨਸ਼ਾ ਸੈਮੀਨਾਰ ਕਰੋ। ਅੰਮ੍ਰਿਤਸਰ ਜਾ ਕੇ ਪ੍ਰਸਤੁਤ ਕਰਦੇ ਨੇ ਤੇ ਮੇਰਾ ਇੱਕ ਸਵਾਲ ਜਿਹਨੂੰ ਦੱਸਾਂ, ਤੁਸੀਂ ਬਹੁਤ ਵਧੀਆ ਕੀਤਾ ਵਾ, ਜੁਡੀਸ਼ਰੀ ਦੇ ਇਤਿਹਾਸ ਦੇ ਵਿੱਚ ਕਿਸੇ ਦੇ ਕੋਈ ਤਾਂ ਮਾਈਕਲ ਦਾ ਉਭਰਿਆ ਜਿੱਥੇ ਸਟੈਂਡ ਲਿਆ ਕਿ ਨਹੀਂ ਸਰਵਿਸ ਪਬਲਿਕ ਤੇ ਕੰਮ ਕਰਨੇ ਚਾਹੀਦੇ। ਲੇਕਿਨ ਮੇਰੇ ਇੱਕ ਸਵਾਲ ਦਾ ਜਵਾਬ ਦੇ ਦਿਓ, ਤੁਸੀਂ ਖਤਮ ਕਰਦੇ ਹੋ ਨਸ਼ਿਆ ਤੇ ਜਿਹੜੀ ਸ਼ਰਾਬ ਵੇਚਦੀ ਹੈ ਸਰਕਾਰ ਵੇਚਦੀ, ਕੀ ਉਹ ਨਸ਼ੇ ਦੀ ਉਹਨਾਂ ਪੱਤਵਾ ਸਿੱਖ ਕਰੋ? ਉਹਨਾਂ ਕੋਲ 15 to 20 ਸੈਕਿੰਡ ਤੱਕ ਜਵਾਬ ਨਹੀਂ ਸੀ ਤੁਸੀਂ ਸਰਕਾਰ ਕੀ ਤੁਹਾਡਾ ਜਵਾਬ ਇਸ ਤਰ੍ਹਾਂ ਕੀ ਦੇ ਸਕਦਾ। ਮੈਂ ਕਿਹਾ 6 ਮਹੀਨੇ ਬਾਅਦ ਤੁਸੀਂ ਰਿਟਾਇਰ ਹੋ ਜਾਣਾ, ਫਿਰ ਦੇਣ ਦੀ ਲੋੜ ਹੀ ਨਹੀਂ। ਇਹ ਵੀ ਦੱਸਦੇ ਭਗਵੰਤ ਮਾਨ ਜੀ ਕਿ ਉਹ ਟਿੱਕੀ ਪਰ ਕਿੱਥੇ ਜਾਣਗੇ, ਕਿ ਉਹ ਨਸ਼ੇ ਨਹੀਂ ਸਰਕਾਰ ਪ੍ਰਵਾਨ ਪਰ ਦੇਸ਼ ਕਰਕੇ ਨਸ਼ੇ ਦੀ ਕਿਹੜੇ ਜਾਂਦੇ। ਅੱਜ ਨਸ਼ੇ ਅਸੀਂ ਕਹਿੰਦੇ ਆ ਅਫਗਾਨਿਸਤਾਨ ਤੋਂ ਆਉਂਦੇ, ਪਾਕਿਸਤਾਨ ਤੋਂ ਆਉਂਦੇ, ਡਰੋਨ ਦੇ ਡਰੋਨੀ ਜਿਹੜੇ ਆਉਂਦੇ ਉਹ ਐਮਰਜੈਂਸੀ ਖੇਪ ਹੁੰਦੀ ਆ। ਜ਼ਿਆਦਾਤਰ ਨਸ਼ੇ ਜਿਹੜੇ ਸਾਡੇ ਅੱਡਾ ਦੀਆਂ ਬਣੀਆਂ ਦੀਆਂ ਪੱਤਰਕਾਵਾਂ ਜਿਹੜੀ ਹੈਗੀ ਨੇ ਗੁਜਰਾਤ ਦੇ ਵਿੱਚ ਉਹਨਾਂ ਨਹੀਂ ਆਉਂਦੇ। ਸਭ ਤੋਂ ਪੱਤਰ ਕਿਹਨਾਂ ਨੇ ਰਾਜਸਥਾਨ ਅਫਗਾਨਿਸਤਾਨ ਦੇ ਵਿੱਚ ਜਦੋਂ ਦੀ ਸਰਕਾਰ ਆਈ ਆ ਉਹਨਾਂ ਉੱਥੇ ਗਿਣਤੀ ਬੰਦ ਕਰਤੀ ਆ ਫੀਸ 2021-22 ਦੇ ਵਿੱਚ, ਜਿਹੜੀ 6200 ਟਨ ਉੱਥੇ ਬਕਾਇਦਾ ਤੌਰ ਤੇ ਖੇਤੀ ਪੈਦਾ ਹੁੰਦੀ ਸੀ, ਉਹ ਤੋਂ ਕੋਈ 600 ਤੋਂ ਉੱਪਰ ਟਨ ਉਹ ਪੈਦਾ ਕਰਦੇ ਸੀ ਹਰ ਵਾਰ, ਅੱਜ ਸਿਰਫ 333 ਟਨ ਰਹਿ ਗਏ ਉੱਥੇ ਗਿਰਦੀ ਆ ਫੀਸ, ਜਿਹਦੇ ਵਿੱਚ 38 ਟਨ ਸਿਰਫ ਜਿਹੜੀ ਆ ਉਹ ਹੈਕਟੇਅਰ ਦੀ ਜਿਹੜੀ ਦੁਨੀਆ ਭਰ ਸਪਲਾਈ ਹੁੰਦੀ ਕਦੇ ਇੰਡੀਅਨ ਸਪਲਾਈ ਨਹੀਂ ਹੁੰਦੀ। ਇਸ ਕਰਕੇ ਜਿਹੜਾ ਡਰੱਗ ਆ ਡਰੱਗ ਦੇ ਵਿੱਚ ਆਈਸ ਆ ਜਾ, ਇਹਦੇ ਵਿੱਚ ਗੱਲ ਬਕਾਇਦਾ ਤੌਰ ਤੇ ਰਾਜਾ ਘਲੂਲਾ ਨੂੰ ਸਜ਼ਾ ਹੋਈ। ਇਸ ਕਰਕੇ ਮੇਰਾ ਇਹ ਕਹਿਣ ਤੋਂ ਭਾਵ ਵੀ ਭਗਵੰਤ ਮਾਨ ਹੋਰਾਂ ਨੂੰ ਆਪਣੀ ਪੀੜ੍ਹੀ ਥੱਲੇ ਟੁੱਟਣਾ ਫਿਰਨਾ ਚਾਹੀਦਾ, ਵੀ ਅੱਧਾ ਸਮਾਂ ਲਗਭਗ ਬੀਤਿਆ ਉਹਨਾਂ ਦਾ, ਜਿਹੜੇ ਮਗਰਲੇ 6 ਮਹੀਨੇ ਹੁੰਦੇ ਤਾਂ ਵਾਪਸ ਰੱਖ ਨਹੀਂ ਲੱਗਦੇ, ਲੋਕ ਵੀ ਸਿੱਧੇ ਹੋ ਜਾਂਦੇ ਆ, ਸਰਕਾਰ ਤੇ ਪੱਲੇ ਵੀ ਕੱਖ ਨੀ ਹੁੰਦਾ। ਤੁਹਾਡੇ ਕੋਲ 2 ਸਾਲ ਦਾ ਸਮਾਂ, 2 ਸਾਲ ਤੁਸੀਂ ਕੀ ਕਰੋਗੇ ਸਾਨੂੰ ਨੀ ਪਤਾ, ਲੇਕਿਨ ਅੱਜ ਤੱਕ ਇੱਕ ਵੀ ਕੰਮ ਜੇ ਨਿਬੜੇ ਚਾੜਿਆ ਤੇ ਹੱਥ ਮਾਰ ਕੇ ਪਹੁੰਚੇ ਸੀ ਆਹ ਕੰਮ ਕੀਤਾ। ਪੱਟੀ ਸਾਹਿਬ ਨਸ਼ੇ ਤੇ ਮੁੱਕੇ ਨੀ, ਪਰ ਏਦਾਂ ਲੱਗਦਾ ਵੀ ਹੌਲੀ ਹੌਲੀ ਅਕਾਲੀ ਦਲ ਦੇ ਜਿਹੜੇ ਮੈਂਬਰ ਆ, ਜਿਹੜੇ ਉਹਨਾਂ ਦੇ ਸਾਥੀ ਆ, ਜਿਹੜੇ ਜਿੱਤੇ ਨੁਮਾਇੰਦੇ ਵੀ ਆ, ਉਹ ਅਕਾਲੀ ਦਲ ਨੂੰ ਅਲਵਿਦਾ ਕਹਿ ਰਹੇ ਆ। ਮੈਂ ਸ਼ਬਦ ਨਹੀਂ ਇਸਤੇਮਾਲ ਕਰਨਾ ਚਾਹੁੰਦਾ, ਆ ਜਿਹੜਾ ਮੇਰੇ ਇਸ ਵੇਲੇ ਮਨ ਦੇ ਵਿੱਚ ਆ ਰਿਹਾ ਸੀਗਾ, ਅੱਜ ਡਾਕਟਰ ਸੁੱਖੀ ਜਿਹੜੇ ਆ ਉਹ ਅਕਾਲੀ ਦਲ ਨੂੰ ਅਲਵਿਦਾ ਆ ਗਏ ਤੇ ਆਮ ਆਦਮੀ ਪਾਰਟੀ ਦੇ ਵਿੱਚ ਜਿਹੜਾ ਉਹ ਚਲੇ ਗਏ ਆ। ਡਾਕਟਰ ਸੁਖਵਿੰਦਰ ਸਿੰਘ ਸੁੱਖੀ, ਡਾਕਟਰ ਸੁਖਵਿੰਦਰ ਸਿੰਘ ਸੁੱਖੀ ਬਸਪਾ ਤੋਂ ਸੀ, 2009 ਦੇ ਵਿੱਚ ਇਹਨਾਂ ਬਸਪਾ ਤੋਂ ਚੋਣ ਲੜੀ ਜਿੱਤੇ ਹਾਸਿਲ ਅਕਾਲੀ ਦਲ ਕਰਦੇ ਆ ਤੇ 2017 ਦੇ ਵਿੱਚ ਜਿੱਤੇ ਆ ਤੇ 2022 ਚ ਜਿੱਤੇ। ਡਾਕਟਰ ਸੁੱਖੀ ਦੀ ਵਿਲੱਖਣਤਾ ਇਹ ਆ ਵੀ ਗਰੀਬ ਲੋਕਾਂ ਦਾ ਆਪਣੇ ਇਲਾਕੇ ਚ ਇਲਾਜ ਫ੍ਰੀ ਕਰਦੇ, ਇਹ ਡਾਕਟਰ ਨੇ ਮੈਂ ਕਹਿੰਦਾ ਤੌਰ ਜੀ ਬਿਲਕੁਲ ਕਲੀਨਿਕ ਚਲਾਉਂਦੇ ਨੇ ਉੱਥੇ, ਜਿਹਦੇ ਕਰਕੇ ਆਮ ਗਰੀਬ ਲੋਕਾਂ ਚ ਇਹਨਾਂ ਦੀ ਗੁਡਵਿਲ ਹੈਗੀ ਆ। ਇੱਕ ਇਹ ਇੱਕ ਪਟਿਆਲੇ ਤੋਂ ਡਾਕਟਰ ਧਰਮਵੀਰ ਗੱਲ
ਇਹਨਾਂ ਦੋਵਾਂ ਦਾ ਰਿਕਾਰਡ ਹੈ ਵੀ ਇਹ ਲੋਕਾਂ ਸੇਵਾ ਕਰਦੇ, ਅਸਲ ਸੇਵਾ ਕਰ ਸਕਦੇ। ਉਹ ਡਾਕਟਰ ਸੁੱਖੀ ਹੋਰੀ ਜਿਹੜੇ ਸੀਗੇ 2022 ਚ ਤਿੰਨ ਬੰਦੇ ਚੁਣੇ ਗਏ, ਤਿੰਨ ਮੈਂਬਰ ਚੁਣੇ ਗਏ ਆਪਣੇ ਆਪ ਕਾਜ਼ੀਆਂ ਦੇ, 92 ਚੁਣੇ ਗਏ ਬਕਾਇਦਾ ਤੌਰ ਤੇ ਆਮ ਆਦਮੀ ਪਾਰਟੀ ਦੇ, 18 ਚੁਣੇ ਗਏ ਕਾਂਗਰਸ ਦੇ ਤੇ ਇੱਕ ਆਜ਼ਾਦ ਚੁਣੇ ਗਏ, ਉਹ ਵੀ ਵੈਸੇ ਕਾਂਗਰਸ ਦਾ ਗਿਆ। ਹੁਣ ਡਾਕਟਰ ਸੁੱਖੀ ਹੋਰੀ ਜਿਹੜੇ ਨੇ ਇਹਨਾਂ ਨੇ ਬਕਾਇਦਾ ਤੌਰ ਤੇ ਅੱਜ ਜਿਹੜੀ ਆ ਆਮ ਆਦਮੀ ਪਾਰਟੀ ਦੇ ਕਰਦੇ ਕਹਿੰਦਾ ਜੀ ਜਿਹੜੇ ਪਹਿਲੇ ਸਾਡੇ ਵਿਧਾਇਕ ਸੀ ਨਾ ਜਿਹੜੇ ਰਿੰਕੂ ਹੋਰੀ ਸੀ ਜਾਂ ਦੂਜੇ ਸੀ ਆਪਣੇ ਹੋਰ ਕੇ ਜਿਹੜੇ ਜਲੰਧਰ ਵਾਲੇ ਸੀ ਉਹ ਜਦੋਂ ਜੁਆਇਨ ਕੀਤੇ ਕਹਿੰਦੇ ਸਾਡੇ ਕੰਮ ਹੀ ਨੀ ਹੋ ਰਹੇ, ਇਹ ਕਹਿੰਦੇ ਕੰਮ ਹੀ ਬਹੁਤ ਹੋ ਰਹੇ ਆ, ਮਾਨ ਸਾਹਿਬ ਕੰਮ ਕੀਤਾ ਜਾ ਰਿਹਾ। ਇਹਨਾਂ ਨੇ ਇੰਨੀ ਗੱਲ ਕਹੀ ਮਾਨ ਸਾਹਿਬ ਦੀ ਜਿਹੜੀ ਕੰਮ ਕਰਦੀ ਤਰੀਕਾ ਤੇ ਸਲੀਕਾ ਹੈਗਾ ਉਹਨਾਂ ਨੂੰ ਵੇਖ ਕੇ ਬਕਾਇਦਾ ਤੌਰ ਤੇ ਮੈਂ ਇਹਦੇ ਵਿੱਚ 2023 ਚ ਉਹਨਾਂ ਨੂੰ ਅਕਾਲੀ ਦਲ ਨੇ ਜਿਹੜੀ ਸੀ ਲੋਕ ਸਭਾ ਚੋਣ ਜਦੋਂ ਤੋਂ ਲੜਾਈ ਸੀ ਲੇਕਿਨ ਬੜੀ ਬੁਰੀ ਤਰ੍ਹਾਂ ਪਛੜੇ ਸੀ, ਜਵਾਬ ਜਬਤ ਹੋ ਗਏ ਸੀ। ਉਹ ਕਹਿੰਦੇ ਆ ਜੀ ਸੁੱਖੀ ਹੋਈ ਕਹਿੰਦੇ ਮੁੱਖ ਮੰਤਰੀ ਸਾਹਿਬ ਸ਼ਹੀਦ ਭਗਤ ਸਿੰਘ ਦਾ ਜੱਦੀ ਪਿੰਡ ਜਿਹੜਾ ਉਹ ਮੇਰੇ ਬੰਗਾ ਹਲਕੇ ਚ, ਬਿਲਕੁਲ ਅਸੀਂ ਇੱਕ ਚਾਹੁੰਦੇ ਵੀ ਤੁਸੀਂ ਉੱਥੇ ਇੱਕ ਮੈਡੀਕਲ ਚਲੋ ਸੁੱਖੀ ਵਰਗੇ ਆਪਣੀ ਮਰਜ਼ੀ ਕੋਈ ਜੁਆਇਨ ਕਰ ਗਏ ਨੇ, ਇਹਦੇ ਨਾਲ ਇੱਕ ਧੱਕਾ ਸਰਦਾਰ ਸੁਖਬੀਰ ਸਿੰਘ ਬਾਦਲ ਨੂੰ ਹੋਰ ਲੱਗ ਸਾਡੇ ਮੰਤਰੀ ਸੀ ਗਿਆ ਚੁੱਪ ਕਰਕੇ ਘਰ ਬੈਠੇ, ਉਹ ਪਾਰਟੀ ਦੀ ਕਿਸੇ ਗਤੀਵਿਧੀ ਵਿੱਚ ਨਹੀਂ ਹੈਗੇ ਚੁੱਪ ਕਰਕੇ। ਵੈਸੇ ਬਿਕਰਮ ਮਜੀਠੀਆ ਹੁਣੀ ਵੀ ਚੁੱਪ ਹੀ ਕੀਤੇ ਹੋਏ ਆ, ਬਹੁਤਾ ਨਹੀਂ ਮਤਲਬ ਇਸ ਪੂਰੇ ਮਾਮਲੇ ਦੇ ਵਿੱਚ ਦਖਲ ਦਿੰਦੇ, ਉਹ ਵੀ ਚੁੱਪ ਹੀ ਉਹਨਾਂ ਨੇ ਵੱਟੀ ਹੋਈ ਆ। ਨਹੀਂ ਨਾ ਤੁਸੀਂ ਇਹ ਵੇਖੋ ਨਾ ਤੁਸੀਂ ਚੁੱਪ ਵੱਟੀ ਉਹਨਾਂ ਨੇ, ਉਹ ਨਾ ਤੇ ਬਾਕੀ ਕੇ ਨਾਲ ਨਾ ਸੁਖਬੀਰ ਬਾਦਲ ਨਾਲ, ਸੁਖਬੀਰ ਬਾਦਲ ਹੋਰਾਂ ਦੇ ਕਾਇਦੇ ਕਾਨੂੰਨ ਦੇ ਅਨੁਸਾਰ ਜਿਹੜਾ ਪਾਰਟੀ ਲੀਡਰ ਆ ਵਿਧਾਨ ਸਭਾ ਤੇ ਉਹ ਕੋਰ ਕਮੇਟੀ ਦਾ ਤੇ ਐਗਜ਼ੀਕਿਊਟਿਵ ਕਮੇਟੀ ਦਾ ਤੇ ਬਕਾਇਦਾ ਤੌਰ ਤੇ ਸਾਡੀ ਅਨੁਸ਼ਾਸਨ ਮੈਂਬਰ ਹੋ ਸਕਦਾ, ਉਹਨੂੰ ਕਿਤੇ ਪਾਇਆ ਕਿਤੇ ਵੀ ਪਾਇਆ ਤੂੰ ਗਿਆ ਹੀ ਨਹੀਂ ਕਿਤੇ ਕਿੱਥੇ ਬਿਠਾ ਆਪਣੇ ਘਰ। ਉਹਦੀ ਮੰਗ ਇੱਕੋ ਹੀ ਹੈ ਵੀ ਝੂਦਾ ਕਮੇਟੀ ਦਾ ਕਮੇਟੀ ਦੀ ਰਿਪੋਰਟ ਲਾਗੂ ਕਰੋ, ਮੈਂ ਵੀ ਉਹ ਚ ਸ਼ਾਮਿਲ ਸੀਗਾ ਤੇ ਝੂਦਾ ਕਮੇਟੀ ਕੀ ਕਹਿੰਦੀ ਆ, ਸੁਖਬੀਰ ਸਿੰਘ ਬਾਦਲ ਸਮੇਤ ਸਮੁੱਚੀ ਲੀਡਰਸ਼ਿਪ ਪਾਸੇ ਹੁਣ ਰਹਿ ਕੇ ਬੀਬੀ ਗਦੀਪ ਕੌਰ ਸਿੰਘ ਕਹਿੰਦੇ ਰਹਿ ਕੇ ਜਿਹੜੇ ਅਕਾਲੀ ਦਲ ਦੇ ਉਹਨਾਂ ਦੀ ਮਜਬੂਰੀ ਆ, ਜੇ ਕਿਤੇ ਮਜੀਠੀਆ ਸਾਹਿਬ ਕੋਈ ਪਲਟੀ ਮਾਰ ਕੇ ਕਿਸੇ ਪਾਸੇ ਤੇ ਫਿਰ ਤੇ ਪੋਸੀਬਿਲਟੀ ਵੀ ਉਹ ਵੀ ਚਲੇ ਜਾਣਗੇ, ਕਿਉਂ ਮਜੀਠੀਆ ਸਾਹਿਬ ਦੇ ਪਰਿਵਾਰ ਦੀ ਜਿਹੜੀ ਮਾਂ ਪਾਰਟੀ ਉਹ ਕਾਂਗਰਸ ਆ, ਲੇਕਿਨ ਅਜੇ ਕੋਈ ਦਿਖਾਈ ਨਹੀਂ ਦਿੰਦਾ
ਜਾਣ ਸਕਦੇ ਕੁਛ ਨੀ ਕਰ ਸਕਦੇ ਚੁੱਪਣਾ ਨਹੀਂ ਕਿ ਪ੍ਰਕਾਰ ਦੇ ਛਿੱਕੇ ਪ੍ਰਗਟ ਕਰਦੀ ਹੈ ਤੇ ਡਾਕਟਰ ਸੁਖੀ ਦੇ ਜਾਣ ਦੇ ਉੱਤੇ ਬਕਾਇਦਾ ਤੌਰ ਤੇ ਜਿਹੜੇ ਸਾਡੇ ਵਿਰੋਧੀ ਧਿਰ ਨੇ ਬਣਾਇਆ ਆਪਣੇ ਕਨਵੀਨਰ ਬਣਾਇਆ ਤੇ ਪ੍ਰਤਾਪ ਸਿੰਘ ਵਡਾਲਾ ਉਹਨੇ ਕਿਹਾ ਕਿ ਇਸ ਮੰਦ ਭਾਗੀ ਗੱਲ ਅਕਾਲੀ ਦਲ ਦਾ ਵਿਧਾਇਕ ਹੋਵੇ ਤੇ ਆਮ ਆਦਮੀ ਪਾਰਟੀ ਚੱਲਦੀ ਅਕਾਲੀ ਚੱਲਦਾ ਸੀ ਵੀ ਅਕਾਲੀ ਚੱਲਦਾ ਸੀ ਹੈ ਸਾਡੇ ਦਾ ਵੀ ਇਹ ਚੁਣੌਤੀ ਭਰਪੂਰ ਆ ਉਹਦਾ ਉਸ ਪਾਸੇ ਜਾਣਾ ਅਸੀਂ ਇਸ ਗੱਲ ਦੀ ਜਿਹੜੀ ਆ ਮਾਨ ਦੀ ਜਿਹੜੀ ਉਹ ਨਿੰਦਾ ਵੀ ਕਰਦੇ ਆ ਤੇ ਸੁੱਖੀ ਨੂੰ ਵੀ ਕਹਿੰਦੇ ਵੀ ਸੁੱਖੀ ਨੇ ਜੋ ਤੂੰ ਕੀਤਾ ਠੀਕ ਨੀ ਕੀਤਾ ਤੁਹਾਨੂੰ ਪਤਾ ਹੋਏਗਾ ਕੈਪਟਨ ਨੇ ਇੱਕ ਗਲਤੀ ਕੀਤੀ ਸੀ ਕਿ ਜਦੋਂ 2002 ਦੇ ਵਿੱਚ ਬਣਿਆ ਸੀ ਕਿ ਦੋ ਕਮਿਊਨਿਸਟਾਂ ਦੇ ਹੈਗੇ ਸੀ ਇੱਕ ਗੁਰਚਰਨ ਸਿੰਘ ਬੁੱਧੀਵਾਲ ਤੇ ਇੱਕ ਹੋਰ ਸੀ ਕਿ ਨਾਮ ਸੁਖਿਆ ਮਨਸੂਖਾ ਦੋ ਜਿਹੜੇ ਕਾਮਰੇਡਾਂ ਸੀ ਉਹ ਜੁਆਇਨ ਕਰ ਰਹੇ ਸੀ ਅਸੀਂ ਕਾਮਰੇਡ ਦਾ ਲੰਚ ਸੀ ਉਸ ਤੋਂ ਬਾਅਦ ਕਾਂਗਰਸ ਦਾ ਬਹੁਤਾ ਵਿਕਾਰ ਨਹੀਂ ਰਿਹਾ ਉਹਨਾਂ ਏਰੀਆ ਦੇ ਵਿੱਚ ਇਹਦੇ ਵਿੱਚ ਭਾਵੇਂ ਜੁਆਇਨ ਕਰਾਉਣੇ ਨੇ ਕੀ ਹੋਊਗਾ ਭਾਵੇਂ ਮੈਨੂੰ ਪੂਰੇ ਉੱਚੇ ਦਾ ਤੇ ਕੋਈ ਗੱਲ ਕਰਤਾਰ ਤੇ ਚੋਣ ਹੋਣੀ ਹੈ ਹੁਣ ਚੋਣ ਇਹਨਾਂ ਦੀ ਵੀ ਉਪ ਚੋਣ ਹੋ ਸਕਦੀ ਹੈ ਕਿਉਂਕਿ ਜੇ ਦੋ ਤਿਹਾਈ ਜੇ ਕਿਤੇ ਬਕਾਇਦਾ ਤੌਰ ਤੇ ਮੰਤਰੀ ਆਜ਼ਾਦੀ ਤੇ ਇਹ ਦੋਵੇਂ ਚਲੇ ਜਾਂਦੇ ਤੇ ਫਿਰ ਚੋਣ ਦਾ ਮਤਲਬ ਫਿਰ ਪਰ ਇਹਨਾਂ ਦੇ ਇਕੱਲਿਆਂ ਜਾਣ ਨਾਲ ਮੇਰਾ ਖਿਆਲ ਚੋਣ ਨਹੀਂ ਬਣਦੀ ਮੈਂ ਕਿਹਾ ਇਹਨਾਂ ਦੇ ਇਕੱਲਿਆਂ ਜਾਣ ਦੇ ਨਾਲ ਮੇਰਾ ਖਿਆਲ ਚੋਣ ਨਹੀਂ ਬਣਦੀ ਕਿ ਬਣਦੀ ਆ ਬਿਲਕੁਲ ਬਣਦੀ ਆ ਜੀ ਕਿਉਂ ਉਹਨਾਂ ਨੇ ਤਿੰਨ ਮੈਂਬਰ ਨੇ ਜਿੱਦਾਂ ਦੋ ਚਲੇ ਜਾਂਦੇ ਨਾ ਆਮ ਆਦਮੀ ਪਾਰਟੀ ਚ ਫਿਰ ਚੋਣ ਨਹੀਂ ਸੀ ਬਣਦੀ ਅੱਛਾ ਜਿੰਨਾ ਚੋਂ ਇੱਕ ਜਾਂਦੇ ਤਾਂ ਚੋਣ ਬਣਦੀ ਆ ਇਹਦੇ ਤੇ ਜੇ ਹੁਣ ਸਪੀਕਰ ਨੂੰ ਲਿਖ ਕੇ ਦੇਣਗੇ ਅਕਾਲੀ ਦਲ ਵਾਲੇ ਤੇ ਸਪੀਕਰ ਤੇ ਡਿਪੈਂਡ ਕਰਦਾ ਕਿ ਉਹ ਚੋਣ ਬਣੀ ਕਿ ਉਹਦੇ ਕੋਲ ਪ੍ਰੈਰੋਗੇਟਿਵ ਪਾਵਰ ਹੈ ਤਾਂ ਪ੍ਰੈਰੋਗੇਟਿਵ ਹੈ ਤੁਹਾਨੂੰ ਪਤਾ ਸੁਖਪਾਲ ਸਿੰਘ ਖਹਿਰਾ ਗਿਆ ਸੀ ਕਾਂਗਰਸ ਵਿੱਚ ਚੋਣ ਕਰਾਈ ਸੀ ਸਪੀਕਰ ਨੇ ਜੇ ਕਿਤੇ ਇਹਨਾਂ ਦੀ ਬਕਾਇਦਾ ਤੌਰ ਤੇ ਚੋਣ ਹੁੰਦੀ ਸਪੀਕਰ ਤੰਦੂਰੀ ਜੀ ਕਰਦਾ ਵਾ ਤੇ ਫਿਰ ਤਿੰਨ ਚਾਰ ਨਹੀਂ ਪੰਜ ਵਿਧਾਨ ਸਭਾ ਹਲਕੇ ਦੇ ਵਿੱਚ ਇਸ ਕਰਕੇ ਸੁਖੀ ਹੋਈ ਚਲੇ ਗਏ ਤੇ ਮੈਨੂੰ ਅਮੀਰ ਨੇ ਕਿ ਇਹ ਇੰਨੀ ਜਲਦੀ ਜਿਹੜਾ ਵਾ ਸਾਡੇ ਜਿਹੜੇ ਸਪੀਕਰ ਸਾਹਿਬ ਚੱਲਣਗੇ ਰੱਖ ਚੱਲੇ ਉਹਨੂੰ ਫਟਕਾਰ ਆ ਉਹ ਕਹਿੰਦੇ ਕਿ ਠੀਕ ਵਿਚਾਰ ਕਰ ਰਹੇ ਮਾਨੀ ਕਿ ਕਿਹੜੀ ਕਮੇਟੀ ਭੇਜਦਾ ਜੀ ਏਦਾਂ ਹੀ ਪਰਸਾ ਲਗਾ ਸਕਦੇ ਤੇ ਦੋ ਸਾਰੀ ਗੱਲ ਪਰਸਾ ਲਗਾ ਸਕਦੇ ਹੋ ਪੱਟੀ ਸਾਹਿਬ ਇਹਦੇ ਨਾਲ ਹੀ ਆਪਾਂ ਇਹ ਵੀ ਡਿਸਕਸ ਕਰਦੇ ਹਾਂ ਵੀ ਪੰਜਾਬ ਦੇ ਜਿਹੜੇ ਨਵੇਂ ਗਵਰਨਰ ਆਏ ਆ ਗੁਲਾਬ ਚੰਦ ਕਟਾਰੀਆ ਸਾਹਿਬ ਰਾਜਸਥਾਨ ਤੋਂ ਆਏ ਆ ਵੱਡੇ ਸਿਆਸਤਦਾਨ ਆ ਇਹਨਾਂ ਨੇ ਹੁਣ ਪੰਜਾਬ ਦੇ ਕੁਝ ਅਫਸਰ ਸੱਦੇ ਆ ਮੀਟਿੰਗ ਕੀਤੀ ਹੈ ਤੇ ਰਿਪੋਰਟ ਜਿਹੜੀ ਆ ਇਹਨਾਂ ਨੇ ਮੰਗ ਲਈ ਆ ਇਸੇ ਤਰ੍ਹਾਂ ਬਨਵਾਰੀ ਲਾਲ ਪੁਰੋਹਿਤ ਹੋਣੀ ਕਰਦੇ ਹੁੰਦੇ ਸੀ ਹਾਲਾਂਕਿ ਉਹਨਾਂ ਦੇ ਅਧਿਕਾਰ ਖੇਤਰ 'ਚ ਹੈ ਪਰ ਇਹਦੇ ਨਾਲ ਫਿਰ ਉਹ ਟਸਲ ਜੀ ਇੱਕ ਜਿਹੜੀ ਕਹਿ ਲਈਏ ਵੀ ਤਕਰਾਰ ਜੀ ਪੈਦਾ ਹੁੰਦੀ ਆ ਤੇ ਫਿਰ ਇਹ ਕੁਝ ਫਿਰ ਸ਼ੁਰੂ ਹੋ ਗਿਆ ਜੀ ਪੰਜਾਬੀ ਚ ਆਪਾਂ ਜੇ ਕਹਿ ਦਈਏ ਵੀ ਉਹਨਾਂ ਆਪਣਾ ਇੱਕ ਡੌਗ ਵਾਚ ਰੱਖਿਆ ਨਾ ਕੇਂਦਰ ਨੇ ਇੱਥੇ ਗਵਰਨਰ ਜਿਹੜਾ ਵੀ ਤੁਸੀਂ ਜਿਹੜੀ ਸਰਕਾਰ ਆ ਉਹਦੀ ਕਾਰਗੁਜ਼ਾਰੀ ਤੇ ਅੱਖ ਹਾਲੀ ਕਿ ਜਦੋਂ ਬਕਾਇਦਾ ਤੌਰ ਤੇ ਕੋਈ ਬਦਲੀਆਂ ਕਰਨੀਆਂ ਕੁਛ ਕਰਨਾ ਆਖਰੀ ਸਾਈਡ ਬਕਾਇਦਾ ਤੌਰ ਤੇ ਉੱਤੇ ਗਵਰਨਰ ਦੇ ਹੋ ਜਾਂਦੇ ਲੇਕਿਨ ਸਰ ਫਿਰ ਵੀ ਗਵਰਨਰ ਆਪਣੀ ਮਨਮਾਨੀ ਨਹੀਂ ਕਰ ਸਕਦਾ ਜਦੋਂ ਅੰਗਰੇਜ਼ਾਂ ਦੇ ਟਾਈਮ ਦੇ ਉੱਤੇ ਕਲੋਨੀਅਲ ਸਮੇਂ ਤੋਂ ਇਹ ਗਵਰਨਰ ਦੀ ਪੋਸਟ ਇਸੇ ਕਰਕੇ ਬਣਾਈ ਸੀ ਕਿ ਸਾਨੂੰ ਮਿੰਟ ਮਿੰਟ ਦੀ ਉੱਥੋਂ ਦੀ ਰਿਪੋਰਟ ਮਿਲਦੀ ਹੋਵੇ ਕਿ ਕੀ ਹੋ ਰਿਹਾ ਕੀ ਹੋ ਰਿਹਾ ਏਡਾ ਵੱਡਾ ਰਾਜਕੋਟ ਬਣਾਇਆ ਜਾਂਦਾ ਇੰਨੇ ਸਟਾਫ ਰੱਖੇ ਜਾਂਦੇ ਫਿਰ ਲੋੜ ਇਹਦੀ ਕੋਈ ਲੋੜ ਨਹੀਂ ਹੁੰਦੀ ਜਦੋਂ ਇੱਕ ਸਟੇਟ ਚ ਅਫਸਰ ਗਵਰਨਮੈਂਟ ਚੁਣੀ ਹੈ ਗਵਰਨਮੈਂਟ ਨੇ ਫਿਰ ਚੱਕੀ ਲੋੜ ਨਹੀਂ
ਲੇਕਿਨ ਪਹਿਲੇ ਪ੍ਰੋਵਿੰਸ ਸਾਹਿਬ ਨੇ ਸਭ ਤੋਂ ਪਹਿਲਾਂ ਬਕਾਇਦਾ ਤੌਰ ਤੇ ਕਿਹਾ ਸੀ ਵੀ ਮੈਂ ਸਰਹੱਦੀ ਖੇਤਰ ਜਾ ਕੇ ਲੋਕਾਂ ਨਾਲ ਮੀਟਿੰਗ ਕਰੂਗਾ, ਲੋਕਾਂ ਨੂੰ ਬੋਲੂਗਾ ਨਸ਼ਿਆਂ ਦੇ ਖਿਲਾਫ ਮੈਂ ਮਿਟਾਂਗੇ। ਮੁੱਖ ਮੰਤਰੀ ਨੇ ਕਈ ਪ੍ਰਕਾਰ ਦੀਆਂ ਪੂਜਾ ਲਾਈਆਂ ਸੀ ਕਿ ਇਹ ਸਾਡੇ ਅਧਿਕਾਰਾਂ ਦੀ ਉਲੰਘਣਾ ਵਾ, ਸਾਡੇ ਅਧਿਕਾਰਾਂ ਤੇ ਹਮਲਾ ਵਾ। ਚੁਣੇ ਹੋਏ ਅਸੀਂ ਹਾਂ, ਇਹ ਨੋਮੀਨੇਟ ਨੇ, ਇਹ ਨਾਮਜ਼ਦ ਨੇ, ਇਲੈਕਟਡ ਅਸੀਂ ਹਾਂ, ਸਿਲੈਕਟਡ ਇਹ ਨੇ। ਕਿੱਥੋਂ ਤੱਕ ਸ਼ਬਦ ਵਰਤੇ ਸੀ ਮੁੱਖ ਮੰਤਰੀ? ਲੇਕਿਨ ਪ੍ਰੋਹਿਤ ਜੋ ਕਿ ਬਹੁਤ ਹੀ ਪ੍ਰਾਂਤੀ ਸੀ, ਜੋ ਵਰਤੀ ਗਈ ਜੋ ਤੁਸੀਂ ਮੰਤਰੀ ਵੀ ਰਹੇ, ਵਿਰੋਧੀ ਧਿਰ ਦੇ ਆਗੂ ਵੀ ਰਹੇ, ਤਜਰਬਾ ਕਾਫੀ ਮੰਝੇ ਹੋਏ ਸਿਆਸਤਦਾਨ। ਇਹਨਾਂ ਵੱਲੋਂ ਬਕਾਇਦਾ ਤੌਰ ਤੇ ਹੁਣ ਜਿਹੜੀ ਆ ਉਹ ਮੀਟਿੰਗ ਬੁਲਾਉਣੀ ਸਰਹੱਦੀ ਖੇਤਰ ਦੇ ਵਿੱਚ ਇੱਕ ਨਸ਼ੇ ਤੇ ਇੱਕ ਜਿਹੜੇ ਪ੍ਰੋਜੈਕਟ ਗੜਬੀ ਸਭ ਰੱਦ ਕਰਨ ਦੀ ਗੱਲ ਕਰਦੇ, ਮਨਜ਼ੂਰੀ ਕਿਵੇਂ ਮਿਲਣੀ, ਉਹ ਕਿਵੇਂ ਚਾਲੂ ਰੱਖਣੇ, ਅਸੀਂ ਉਹਦੇ ਉੱਤੇ ਮੀਟਿੰਗ ਕੀਤੀ ਬਕਾਇਦਾ ਤੌਰ ਤੇ। ਤੁਹਾਨੂੰ ਪਤਾ ਹੋਏਗਾ ਇੱਕ ਵਾਰੀ ਬਕਾਇਦਾ ਤੌਰ ਤੇ ਜਿਹੜੇ ਕੈਪਟਨ ਅਮਰਿੰਦਰ ਸਿੰਘ ਦੇ ਟਾਈਮ ਦੇ ਉੱਤੇ ਗਵਰਨਰ ਦੇ ਡੀਜੀਪੀ ਤੇ ਚੀਫ ਸੈਕਟਰੀ ਨੂੰ ਬੁਲਾ ਸੀ ਤੇ ਅਗਲੇ ਦਿਨ ਹੀ ਬਕਾਇਦਾ ਤੌਰ ਤੇ ਕੈਪਟਨ ਅਮਰਿੰਦਰ ਸਿੰਘ ਨੇ ਕਹਿ ਦਿੱਤਾ ਸੀ ਕਿ ਰਾਜਪਾਲ ਨੂੰ ਕੀ ਅਧਿਕਾਰ ਸੀਗਾ ਚੀਫ ਸੈਕਟਰੀ ਤੇ ਡੀਜੀਪੀ ਨੂੰ ਬੁਲਾਉਣ ਦਾ ਜਦੋਂ ਮੈਂ ਮੁੱਖ ਮੰਤਰੀ ਬੈਠਾ ਤੇ ਮੈਂ ਇਲੈਕਟਡ ਹਾਂ, ਤੇ ਰਾਜਪਾਲ ਕੋਲ ਜਵਾਬ ਨਹੀਂ ਸੀ ਦਿੱਤੀ ਗੱਲ ਤੇ ਉਹਨਾਂ ਨੇ ਇਹ ਆਰਡਰ ਵੀ ਕਰਤੇ ਸੀ ਵੀ ਅੱਗੇ ਤੋਂ ਕਿਸੇ ਅਧਿਕਾਰੀ ਨੂੰ ਰਾਜਪਾਲ ਬੁਲਾਵੇ ਤੁਸੀਂ ਬਿਲਕੁਲ ਜਿਹੜਾ ਮੇਰੇ ਪੁੱਛਣ ਤੋਂ ਬੈਠੇ ਫਸਲੀ ਭਰ ਚੁੱਕਦੀ ਉਹ ਸਾਡੇ ਮੁੱਖ ਮੰਤਰੀ ਸਾਹਿਬ ਦੇ ਅੱਜ ਇਹ ਕਰਕੇ ਵੇਖਣ ਇਸ ਗੱਲ ਨੂੰ ਤੇ ਕੱਪ ਰਿਜ਼ਲਟ ਆ ਜਾਏਗਾ ਉਸੇ ਵੇਲੇ। ਬਿਲਕੁਲ ਠੀਕ ਆ, ਕਿਉਂਕਿ ਇਹਨਾਂ ਦੇ ਉੱਤੇ ਬਕਾਇਦਾ ਤੌਰ ਤੇ ਇੱਕ ਕੁੱਤਾ ਲਮਕਦਾ ਪੂਰੇ ਤਲਵਾਰ ਸਿੱਟਦੀ ਜੀ ਇਹਨਾਂ ਦੇ ਕਿਹੜੀ ਜਿਹੜੀ ਆਬਕਾਰੀ ਤੇ ਲੈ ਕੇ ਬਕਾਇਦਾ ਤੌਰ ਤੇ ਕੇਜਰੀਵਾਲ ਸਾਹਿਬ ਅੰਦਰ ਉਹੀ ਨੀਤੀ ਪੰਜਾਬ ਚ ਲਾਗੂ ਆ ਅੱਜ ਵੀ। ਉਹਦਾ ਜਦੋਂ ਮਰਜ਼ੀ ਪਟਾਰੀ ਖੋਲ ਲੂ, ਜਦੋਂ ਮਰਜ਼ੀ ਕੇਜਰੀਵਾਲ ਨਾਲ ਜੁੜ ਕੇ ਤੇ ਈਡੀ ਖੋਲ ਲਈ ਪਟਾਰੀ ਆਪਣੀ ਜੇ ਖੋਲ ਲੈਂਦੀ ਹੈ ਤੇ ਮੁੱਖ ਮੰਤਰੀ ਵੱਡਾ ਹੁੰਦੀ। ਇਸ ਕਰਕੇ ਮੁੱਖ ਮੰਤਰੀ ਸਿਰਫ ਆਪਣੀ ਕੁਰਸੀ ਤੱਕ ਸੀਮਾ ਤੇ ਮੇਰੀ ਕੁਰਸੀ ਕਿਸੇ ਚਾਹੀਦੀ ਹੈ, ਬਾਕੀ ਸਭ ਭਵੇਂ ਠੱਠੇ ਗੁਰੂ ਜੀ ਜੇ ਗਵਰਨਰ ਜਾ ਕੇ ਕਰਦਾ ਉਹ ਕਹਿੰਦੇ ਕਰੂੰਗਾ ਮੈਂ। ਅਸੀਂ ਵੀ ਕਹਿੰਦੇ ਗਵਰਨਰ ਕਰੇ, ਲੇਕਿਨ ਪੰਜਾਬ ਦਾ ਭਲਾ ਕਰੇ ਜੇ ਕਰ ਸਕਦੇ ਹਾਂ। ਜਿਹੜੇ ਪਹਿਲੇ ਗਵਰਨਰ ਸੀ ਉਹਨਾਂ ਕਿਹਾ ਸੀ ਪੰਜਾਬ ਦੇ ਵਿੱਚ ਇੰਡਸਟਰੀ ਲਿਆਉਣ ਵਾਸਤੇ ਤੇ ਪੰਜਾਬ ਦੇ ਵਿੱਚ ਨਵੇਂ ਪ੍ਰੋਜੈਕਟ ਲਿਆਉਣ ਵਾਸਤੇ ਮੈਂ ਕੇਂਦਰ ਸਰਕਾਰ ਨਾਲ ਗੱਲ ਕਰੂੰਗਾ, ਕੀਤੀ ਜਾ ਕੇ ਕਿਸੇ ਜੇ ਕੀਤੀ ਹੈ ਤਾਂ ਉਹਨਾਂ ਦੇ ਜਵਾਬ ਕੀ ਹੈ? ਇਹ ਕਟਾਰੀਆ ਸਾਹਿਬ ਕਹਿੰਦੇ ਵੀ ਜਿਹੜਾ ਕੰਮ ਇੱਥੇ ਆ ਕੇ ਮੈਂ ਕਰ ਰਿਹਾ ਤਾਂ ਬਕਾਇਦਾ ਤੌਰ ਤੇ ਮੈਂ ਅਸਾਮ ਚ ਕਰਦਾ ਰਿਹਾ, ਮੈਂ ਪਿੱਛੇ ਨਹੀਂ ਨਾ ਕਿਸੇ ਗੱਲ ਤੋਂ। ਇਸ ਕਰਕੇ ਮੈਂ ਇਹ ਕੰਮ ਕਰਦਾ ਰਹੂੰਗਾ। ਬਰਾਬਰ ਦੀ ਰਿਸਪੋਂਸੀਬਿਲਟੀ ਹੈ, ਵੇਖੋ ਜਿਹੜਾ ਹੁੰਦਾ ਤਾਂ ਸਟੇਟ ਦਾ ਮੁਖੀ ਉਹ ਵਾਕਈ ਗਵਰਨਰ ਹੁੰਦਾ ਵਾ ਤੇ ਜਿਹੜਾ ਸਰਕਾਰ ਦਾ ਮੁਖੀ ਉਹ ਮੁੱਖ ਮੰਤਰੀ ਹੁੰਦਾ। ਇਸ ਕਰਕੇ ਦੋਵਾਂ ਆਉਣ ਵਾਲੇ ਦਿਨਾਂ 'ਚ ਦੋਵਾਂ ਦੇ ਸਿੱਖ ਫਸਣ ਦੀ ਪੂਰੀ ਸੰਭਾਵਨਾ ਕਿ ਮੁੱਖ ਮੰਤਰੀ ਅੱਜ ਨਾ ਬੋਲਣ, ਕੱਲ ਨਾ ਬੋਲਣ, ਇੱਕ ਦਿਨ ਉਹਨਾਂ ਨੂੰ ਬੋਲਣਾ ਪਊਗਾ ਵੀ ਇਹ ਮੇਰੇ ਅਧਿਕਾਰਾਂ ਦੇ ਵਿੱਚ ਜਿਹੜੀ ਉਹ ਦਖਲਅੰਦਾਜ਼ੀ ਕਰ ਰਿਹਾ। ਜੇ ਉਹਨਾਂ ਨੂੰ ਕੋਈ ਪ੍ਰੋਬਲਮ ਆ ਜਾਂ ਉਹਨਾਂ ਨੇ ਕੋਈ ਕੰਮ ਕਰਤਾ ਤਾਂ ਸਾਨੂੰ ਦੱਸਣ ਅਸੀਂ ਉਹਨਾਂ ਦੇ ਬਿਆਨ ਚੈੱਕ ਕਰਾਂਗੇ।
ਲੇਕਿਨ ਜਿਹੜੀ ਗੱਲ ਤੁਹਾਨੂੰ ਦੱਸਦੀ ਤਲਵਾਰ ਲੱਟਦੀ ਆਸਕਾਰੀ ਦੀ ਉਸ ਕਰਕੇ ਮੁੱਖ ਮੰਤਰੀ ਸਭ ਚੁੱਪ ਨੇ, ਬੋਲਣ ਦੇ ਸਮਰਥ ਨਹੀਂ। ਪਟੀ ਸਾਹਿਬ ਉੱਧਰ ਗੁਰਮੀਤ ਸਿੰਘ ਇੰਜੀਨੀਅਰ ਜਿਹੜੇ ਸਜ਼ਾ ਯਾਫਤਾ ਸੀਗੇ, ਜੇਲ੍ਹ ਦੇ ਵਿੱਚ ਬੰਦ ਸੀਗੇ ਬੁੜੈਲ ਜੇਲ੍ਹ 'ਚ, ਉਹਨਾਂ ਨੂੰ ਜਿਹੜੀ ਆ ਉਹ ਬੇਲ ਦੇ ਦਿੱਤੀ ਗਈ ਆ, ਇਸ ਪੂਰੇ ਨੈਰੇਟਿਵ ਨੂੰ ਕਿੱਦਾਂ ਦੇਖਦੇ ਹੋ, ਜਿੱਥੇ ਇੱਕ ਪਾਸੇ ਮੰਗ ਉੱਠਦੀ ਆ ਬੰਦੀ ਸਿੰਘਾਂ ਨੂੰ ਲੈ ਕੇ, ਤੇ ਇਸੇ ਦੌਰਾਨ ਉਹਨਾਂ ਦੀ ਬੇਲ ਜਿਹੜੀ ਆ ਉਹ ਰੈਗੂਲਰ ਮੈਂ ਕਿਹਾ ਜ਼ਮਾਨਤ ਉਹਨਾਂ ਨੂੰ ਦੇ ਦਿੱਤੀ ਗਈ ਆ। ਵੇਖੋ ਕੱਲ ਦੋ ਤਿੰਨ ਘਟਨਾਵਾਂ ਇੱਕ ਤੇ ਸੌਦਾ ਸਾਹਿਬ ਸਵੇਰੇ 6 ਵਜੇ ਬਕਾਇਦਾ ਤੌਰ ਤੇ ਸੌਦਾ ਸਾਹਿਬ ਨੂੰ ਸੁਨਾਰੀਆ ਜੇਲ੍ਹ ਚੋਂ ਬਾਹਰ ਕੱਢਿਆ ਜਾਂਦਾ ਤੇ ਸ਼ਾਮਾਂ ਨੂੰ ਖਬਰ ਇੱਕ ਹੋਰ ਆ ਜਾਂਦੀ ਆ ਕਿ ਜਿਹੜਾ ਉਮਰ ਕੈਦ ਦੀ ਸਜ਼ਾ ਭੁਗਤ ਰਿਹਾ ਵਾ ਬਾਪੂ ਆਸਾ ਰਾਮ ਉਹਨੂੰ ਜੋਧਪੁਰ ਦੀ ਇੱਕ ਅਦਾਲਤ ਦੇ ਸਾਹਮਣੇ ਦੀ ਬਿਮਾਰ ਨੇ ਇਲਾਜ ਕਰਾਉਣ ਆਏ 2013 ਤੋਂ 72 ਭੈਣਾਂ ਦਿੱਤੀਆਂ ਸੀ ਬਕਾਇਦਾ ਤੌਰ ਤੇ ਸੂਰਤ ਦੀਆਂ ਗੁਜਰਾਤ ਦੀਆਂ, ਉਹਨਾਂ ਨੇ ਦੋਸ਼ ਲਾਇਆ ਸੀ ਤੇ ਮੁੰਡੇ ਟਾਈਮ ਦੇ ਉੱਤੇ ਭੇਜਦੇ ਹੋ ਪਰ ਸਾਡੇ ਤਾਂ ਇਹ ਜਾਲਮਾ ਕੰਮ ਕਰਦੇ ਜਬਰਦਸਤ ਕੰਮ। ਇੱਕ ਨਾਬਾਲਗ ਨੇ ਬਕਾਇਦਾ ਤੌਰ ਤੇ ਇੱਕ ਦੀ ਮੌਤ ਵਿੱਚ ਹੁੰਦੀ ਹੈ ਫਿਰ ਉਸਦੀ ਗਿਣਤੀ ਕਿਸੇ ਦੇ ਰਸਤਾ ਦੇ ਹੁਣ ਦਿੱਲੀ ਆ ਕੇ ਆਪਣੀ ਐਫ ਆਈ ਲਾਂਚ ਕਰਦੀ ਵੀ ਮੇਰੇ ਟਾਈਮ ਤੇ ਬਾਤ ਕਰ ਜਦੋਂ ਉਹਨੇ ਕੀਮਤੀ ਤੇ ਰਜਿੰਦਰ ਸਿੰਘ ਗੁੱਠਾ ਨਾਂ ਦਾ ਇੱਕ ਆਈਪੀਐਸ ਸਰਕਾਰ ਵਿਅਕਤੀ ਸੀਗਾ ਜਿਹਦੇ ਜੀਰੋ ਅਫਸਰ ਕੀਤੀ, ਉਹਨੇ ਜੀਰੋ ਅਫਸਰ ਕਰਕੇ ਫਿਰ ਰਾਜਸਥਾਨ ਨੂੰ ਭੇਜੀ ਸੀ ਵੀ ਇਹਦੇ ਤੇ ਅਗਲੇਰੀ ਕਾਰਵਾਈ ਕੀਤੀ ਜਾਵੇ ਤੇ ਉਹ ਅਗਲੇਰੀ ਕਾਰਵਾਈ ਇਹੋ ਜਿਹੀ ਬਣੀ ਵੀ ਅੱਜ ਤੱਕ ਆਸਾ ਰਾਮ ਨੂੰ ਕੋਈ ਉਹਦੇ ਵਿੱਚੋਂ ਜਿਹੜੀ ਕਿਸੇ ਪ੍ਰਕਾਰ ਦੀ ਜਿਹੜੀ ਸਹੂਲਤ ਮਿਲ ਸਕੀ। ਜਦੋਂ ਜਾਂਦਾ ਸੀ ਸੁਪਰੀਮ ਕੋਰਟ ਤੱਕ ਪਹੁੰਚੀ ਗਈ ਸੀ ਬੇਲ ਰੱਦ ਹੋ ਉਹਨੂੰ ਬਕਾਇਦਾ ਤੌਰ ਤੇ ਸਸਪੈਂਡ। ਦੋ ਪ੍ਰਕਾਰ ਦੀ ਪ੍ਰਾਬਲਮ ਹੁੰਦੀ ਹੈ, ਇੱਕ ਪ੍ਰਾਬਲਮ ਹੁੰਦੀ ਵੀ ਤੁਸੀਂ ਇੰਡੀਪੈਂਡੈਂਟ ਇਕੱਲੇ ਜਾ ਸਕਦੇ, ਇੱਕ ਪ੍ਰਾਬਲਮ ਹੁੰਦੀ ਕਸਟੋਡੀਅਨ ਪੁਲਿਸ ਕਸਟਡੀ ਤੁਹਾਨੂੰ ਪ੍ਰਾਬਲਮ ਦਿੱਤੀ। ਆਸਾ ਰਾਮ ਨੂੰ ਆਪਣੇ ਹਾਰਟ ਦਾ ਇਲਾਜ ਕਰਾਉਣ ਵਾਸਤੇ ਮਹਾਰਾਸ਼ਟਰ ਜਿਹਦੇ ਵਿੱਚ ਦਿੱਤੀ ਗਈ ਆ ਹਰਾਸਤੀ ਪ੍ਰਾਬਲਮ ਦਿੱਤੀ ਗਈ ਉਹਨੂੰ ਪੁਲਿਸ ਨਾਲ ਰਹੇ। ਦੂਜੇ ਪਾਸੇ ਸਾਡੇ ਜਿਹੜੇ ਕਹਿੰਦੇ ਸੀ ਨਾ ਵੀ ਬੰਦੀ ਸਿੰਘਾਂ ਨੂੰ ਕਿਉਂ ਨੀ ਪ੍ਰਾਬਲਮ ਦਿੱਤੀ ਜਾ ਰਹੀ, ਉਹਨਾਂ ਦਾ ਹੱਕ ਪਰ ਨੀ ਬਣਦਾ। ਗੁਰਮੀਤ ਸਿੰਘ, ਜਮਸ਼ੇਰ ਸਿੰਘ ਤੇ ਲਖਵਿੰਦਰ ਸਿੰਘ, ਬਿਆਨ ਸਿੰਘ ਕਤਲ ਕਾਂਡ ਦੇ ਵਿੱਚ ਇਹ ਤਿੰਨ ਵਿਅਕਤੀ ਨੇ ਜਿਹਨਾਂ ਨੂੰ ਸਮੇਂ ਸਮੇਂ ਤੇ ਪ੍ਰਾਬਲਮ ਮਿਲਦੀ ਸੀ। ਪਿੱਛੇ ਜੇ ਇਹਨਾਂ ਦੇ ਵਾਰੰਟ ਵੀ ਜਾਰੀ ਹੋ ਗਏ ਸੀ ਆਤਮ ਸਰਮ ਕਰਦੇ ਗੁਰਮੀਤ ਸਿੰਘ ਨੇ, ਕਿਉਂਕਿ ਇਹ ਜੰਪ ਕਰ ਗਏ ਸੀ ਆਪਣੀ ਜ਼ਬਾਨ। ਅੱਜ ਦੀ ਡੇਟ ਦੇ ਵਿੱਚ ਇਹਨਾਂ ਦਾ ਹਾਈ ਕੋਰਟ ਦੇ ਪ੍ਰੀ ਮਚਿਓਰ ਰਿਲੀਜ਼ ਦਾ ਪ੍ਰੀ ਮਚਿਓਰ ਰਿਹਾਈ ਦਾ ਬਕਾਇਦਾ ਤੌਰ ਤੇ ਇੱਕ ਪਟੀਸ਼ਨ ਲੱਗੀ ਹੈ, ਉਸ ਪਟੀਸ਼ਨ ਕਰਕੇ ਜਿਹੜਾ ਸੀ ਇਹਨਾਂ ਦੇ ਵਕੀਲ ਰਵਿੰਦਰ ਸਿੰਘ ਨੇ ਜੈਸਿੰਗ ਜੱਜ ਇੱਕ ਐਪਲੀਕੇਸ਼ਨ ਪਾਈ ਕਿ ਜਿੱਦਾਂ ਜਿਸ ਤੱਕ ਉੱਥੇ ਫੈਸਲੇ ਨਾ ਹੋਏ ਉਹਦੇ ਜ਼ਮਾਨਤ ਦਿੱਤੀ ਜਾਵੇ। ਤੁਹਾਨੂੰ ਪਤਾ ਹੋਏਗਾ ਭਾਈ ਰਣਜੀਤ ਸਿੰਘ ਨਰੰਕਾ ਦੀ ਕਪਤਾਨ ਵਾਲੇ ਉਹਨਾਂ ਨੂੰ ਸਜ਼ਾ ਹੁੰਦੀ ਆ, ਉਹ ਹਾਈ ਕੋਰਟ ਜਾਂਦੇ, ਹਾਈ ਕੋਰਟ ਫੈਸਲੇ ਤੇ ਕਰਦੇ ਉਹ ਸੁਪਰੀਮ ਕੋਰਟ ਵਿੱਚ। ਸੁਪਰੀਮ ਕੋਰਟ ਕੀ ਕਹਿੰਦੀ ਆ ਉਹਨਾਂ ਨੂੰ, ਹਾਈ ਕੋਰਟ ਨੂੰ ਆਦੇਸ਼ ਦਿੰਦੀ ਆ ਕਿ ਜਾਂ ਤੇ ਵਿਦਨ ਮੰਥ ਇਹਦੇ ਕੇਸ ਦਾ ਫੈਸਲਾ ਕੀਤਾ ਜਾਵੇ, ਜੇ ਨਹੀਂ ਕੀਤਾ ਜਾਂਦਾ ਤੇ ਕੋਈ
ਫੇਲ ਉਸੇ ਤਰੀਕੇ ਦਾ ਭਾਈ ਰਣਜੀਤ ਸਿੰਘ ਨੂੰ ਬੇਲ ਮਿਲੀ ਸੀ, ਬਾਅਦ ਜੋ ਹੋਇਆ ਬਾਅਦ ਦੀ ਗੱਲ। ਹੁਣ ਇਸੇ ਤਰ੍ਹਾਂ ਗੁਰਮੀਤ ਸਿੰਘ ਰਣੂ ਨੂੰ ਬੇਲ ਦੇ ਦਿੱਤੀ ਗਈ ਤੇ ਲਾਮਾ ਸਾਡਾ ਸੀ ਸਾਡੇ ਤੇ ਬਲਦੀਪ ਸਿੰਘ ਨੂੰ ਉਹ ਲਾਮਾ ਲਾ ਦਿੱਤਾ। ਕੱਲ ਡਿਸਟ੍ਰਿਕਟ ਸੈਸ਼ਨ ਜੱਜ ਨੇ ਬਕਾਇਦਾ ਤੌਰ ਤੇ ਇਹਨਾਂ ਨੂੰ ਪਰੋਲ ਦਿੱਤੀ ਕਿ ਤੁਹਾਡਾ ਜਿਹੜਾ ਵਾ ਉਹ ਕੇਸ ਅੰਡਰ ਕੰਸਟੀਟਿਊਸ਼ਨ ਦਾ ਹਾਈ ਕੋਰਟ ਦੇ ਵਿੱਚ ਪ੍ਰੀ ਮਜੋਰ ਰਿਟਾਇਰਮੈਂਟ ਦਾ। ਤੇ ਮੈਂ ਤੁਹਾਨੂੰ ਇਹ ਵੀ ਦੱਸ ਦਿਆਂ ਕੋਵਿਡ ਦੇ ਸਮੇਂ ਇਹ ਸਾਲ ਅਫਰੀਕਾ ਹੀ ਹੈ। ਗੁਰਬੀਰ ਸਿੰਘ ਹੋਰੀ ਜਿਹੜੀ ਇਹ ਸ਼ਾਇਦ ਮੇਰੇ ਖਿਆਲ ਭਾਈ ਬ੍ਰਦਰ ਸੰਬੰਧ ਰੱਖਦੇ ਹੁੰਦੇ ਵੀ ਕਾਰੋਬਾਰ ਬਹੁਤਾ ਨਹੀਂ ਹੈਗਾ ਬੇਸਿਕਲੀ ਇੰਜੀਨੀਅਰ। ਇਹਨਾਂ ਦੀ ਭੈਣ ਇੱਕ ਹੋਊਗੀ ਸੀਗੀ, ਉਹਨੇ ਇਹ ਗੱਲ ਕਹੀ ਸੀ ਕਿ ਵਿਆਹ ਉਦੋਂ ਗਰਮ ਚ ਮੇਰਾ ਭਰਾ ਬਾਹਰ ਹੋਊਗਾ। ਮੁੜ ਕੇ ਇਹਨਾਂ ਨੂੰ ਪਰੋਲ ਮਿਲੀ ਸੀ ਫਿਰ ਵਿਆਹ ਕਰਕੇ ਗਿਆ ਸੀ। ਇਸ ਕਰਕੇ ਇਹੋ ਜਿਹੇ ਜਿਹੜੇ ਬੰਦੇ ਹੁੰਦੇ ਨਾ ਦ੍ਰਿੜ ਇਰਾਦੇ ਵਾਲੇ, ਉਹ ਉਹਨਾਂ ਦੀਆਂ ਨੀਤੀਆਂ ਤੇ ਉਹਨਾਂ ਦੀਆਂ ਜਿਹੜੀਆਂ ਹੁੰਦੀਆਂ ਨਾ ਨੀਅਤ ਵੱਖਰੇ ਪ੍ਰਕਾਰ ਦੀ ਹੁੰਦੀ ਆ। ਹੁਣ ਬਕਾਇਦਾ ਤੌਰ ਤੇ ਆਪਾਂ ਗਿਆ ਨਹੀਂ ਕਰ ਸਕਦੇ ਸਰੂਦਾ ਸਾਹਿਬ, ਬਕਾਇਦਾ ਤੌਰ ਤੇ ਜਿਹੜੀ ਉਹ ਬੇਲ ਮਿਲ ਗਈ ਆ, ਪਰੈਲ ਮਿਲ ਗਈ ਆ, ਆਸਾਰਾਮ ਨੂੰ ਮਿਲ ਗਈ ਆ, ਇੱਧਰ ਬੰਦੀ ਸਿੰਘਾਂ ਦੇ ਵਿੱਚੋਂ ਭਾਈ ਗੁਰਮੀਤ ਸਿੰਘ ਮਿਲ ਗਈ ਆ, ਜਮਸ਼ੇਦ ਸਿੰਘ ਦੀ ਐਪਲੀਕੇਸ਼ਨ ਪਈ ਆ ਉਹਨੂੰ ਵੀ ਬੇਲ ਮਿਲ ਸਕਦੀ ਆ। ਇਸ ਕਰਕੇ ਇਹਨਾਂ ਨੂੰ ਵੀ ਇੱਕ ਪ੍ਰਕਿਰਿਆ ਤਹਿਤ ਬੇਲ ਜਾ ਰਹੀ ਹੈ। ਪਟੀ ਸਾਹਿਬ, ਸ਼ਹੀਦ ਸੁਖਦੇਵ ਦੇ ਪਰਿਵਾਰਕ ਮੈਂਬਰਾਂ ਨੂੰ ਆਜ਼ਾਦੀ ਤੋਂ ਇੱਕ ਦਿਨ ਪਹਿਲਾਂ ਜਿਹੜਾ ਅੱਜ ਗ੍ਰਿਫਤਾਰ ਕਰ ਲਿਆ ਜਾਂਦਾ ਤੇ ਕਹਿੰਦੇ ਆ ਵੀ ਕੁਝ ਤਕਰਾਰ ਹੋਈ ਆ ਕੁਝ ਵਿਚਾਰ ਵਟਾਂਦਰੇ ਨੂੰ ਲੈ ਕੇ, ਵਿਚਾਰ ਨੂੰ ਲੈ ਕੇ, ਉਹ ਪੂਰਾ ਮਾਮਲਾ ਕੀ ਹੈ ਜੀ? ਸ਼ਹੀਦ ਸੁਖਦੇਵ ਥਾਪਰ ਇਹ ਕੌਣ ਸੀ? ਸ਼ਹੀਦ ਭਗਤ ਸਿੰਘ ਦੇ ਦੋ ਸਾਥੀ ਸੀ ਸਮੇਂ ਤੋਂ ਪਹਿਲਾਂ ਤੇ ਦਿਨ ਤੋਂ ਪਹਿਲਾਂ ਲਿਆ ਕੇ ਸਾਧੂ ਦੇ ਕੰਢੇ ਤੇ ਲਾਹੌਰ ਜੇਲ੍ਹ ਚੋਂ ਲਿਆ ਕੇ ਫਾਂਸੀ ਸਸਤਾ ਕਰਨ ਤਾਂ ਕਿ ਫਾਂਸੀ ਲਾ ਕੇ ਇਨਕਲਾਬ ਜਿੰਦਾਬਾਦ ਦੇ ਨਾਰੇ ਲਾਏ ਸੀ ਜਦੋਂ ਜੇਲ੍ਹ ਵਿੱਚ ਨਾਰੇ ਇਹ ਮੁੰਡੇ ਜਿਹੜੇ ਆਜ਼ਾਦੀ ਦੀ ਗੱਲ ਕਰਦੇ, ਇਹਨਾਂ ਨੂੰ ਫਾਂਸੀ ਕਿਹੜੇ ਕੇਸ ਚ ਹੋਈ ਸੀ? ਸਰਕਾਰ ਨੂੰ ਮਾਰਨ ਗਿਆ ਸੀ ਜਿਹੜਾ ਬੜਾ ਤਿਰਕਾ ਸੀਗਾ, ਇੱਕ ਸਾਥੀ ਨੇ ਗੋਲੀ ਮਾਰ ਕੇ ਉਹਦੇ ਕਤਲ ਕੀਤਾ ਸੀ ਚੰਦਨ ਸਿੰਘ ਦਾ, ਜਿਹਦੇ ਅੱਗੇ ਜਦੋਂ ਸਜ਼ਾ ਹੋਈ। ਚੰਦਨ ਸਿੰਘ ਕੌਣ ਸੀ? ਸ਼ਹੀਦ ਸੁਖਦੇਵ ਜਿਹੜਾ ਸੁਖਦੇਵ ਥਾਪਰ ਸੀ
ਜਿਹਨਾਂ ਦੇ ਨਾਲ ਘਰ ਆ, ਜਿਹਦੀ ਯਾਦਗਾਰ ਆ, ਜਿਹਨਾਂ ਦੀ ਜਨਮ ਸਥਾਨ ਜਿਹੜਾ ਹੈਗਾ ਵਾ, ਉਹਨੂੰ ਲਿਜਾਣ ਵਾਸਤੇ ਲੁਧਿਆਣੇ ਦੇ ਚੌੜਾ ਬਾਜ਼ਾਰ ਦੇ ਵਿੱਚ ਸਿੱਧਾ ਰਸਤਾ ਦੇਣ ਦੀ ਗੱਲ ਕਈ ਸਰਕਾਰਾਂ ਕਰ ਚੁੱਕੀ ਹੈ, ਪਰ ਕਿਸੇ ਨੇ ਦਿੱਤਾ। ਕੈਪਟਨ ਵੀ ਕਰ ਚੁੱਕੀ ਹੈ, ਬਾਦਲ ਵੀ ਕਰ ਚੁੱਕੀ ਤੇ ਬਕਾਇਦਾ ਤੌਰ ਤੇ ਸਾਡੇ ਮਾਨਸਾ ਵੀ ਕਰ ਚੁੱਕੇ। ਫਿਰ ਤੇ ਸ਼ਹੀਦ ਭਗਤ ਸਿੰਘ ਨੇ ਕਹਿੰਦੇ ਅਸੀਂ ਉਹਦੀ ਬਸੰਤੀ ਪੱਗ ਬੰਨ ਕਿਤੇ ਬਸ ਅਸੀਂ ਇਨਕਲਾਬੀ ਹਾਂ, ਸਾਡੀ ਜੀ ਪਾਰਟੀ ਉਸ ਇਨਕਲਾਬ ਚੋਂ ਨਿਕਲੀ ਹੈ, ਜੇ ਇਨਕਲਾਬ ਚੋਂ ਨਿਕਲੀ ਹੈ ਗੁਪਤ ਗੱਲ ਵੀ ਥੋੜਾ ਸੀ। ਹੁਣ ਜਦ ਸ਼ਹੀਦ ਥਾਪਰ ਆ, ਸ਼ਹੀਦ ਥਾਪਰ ਮੈਮੋਰੀਅਲ ਟਰੱਸਟ ਉਹਦੇ ਕੌਮੀ ਪ੍ਰਧਾਨ ਤੇ ਕਤਰੀ ਮਾਨ ਸਿੰਘ ਪੰਜਾਬ ਹਾਈਕਮਾਂਡ ਦੇ ਅਸ਼ੋਕ ਥਾਪਰ ਨੇ ਅਤੇ ਕਤਰੀ ਮਾਨ ਸਾਹਿਬ ਪੰਜਾਬ ਦੇ ਸੂਬਾ ਪ੍ਰਧਾਨ ਵਿਜੇ ਧੀਰ ਨੇ ਅੱਜ ਇਹਨਾਂ ਨੇ ਗੱਲ ਕੀ ਕੀਤਾ, 40-50 ਸਾਥੀ ਹੋਰ ਲੈਣ ਤੇ ਚੰਡੀਗੜ੍ਹ ਦੀ ਮੁੱਖ ਮੰਤਰੀ ਦੀ ਰਿਹਾਇਸ਼ ਤੋਂ ਥੋੜੀ ਦੂਰ ਬਾਹਰ ਜਿਹੜਾ ਸੀ ਜਾ ਕੇ ਧਰਨਾ ਲਾ ਦਿੱਤਾ। ਇਹਨਾਂ ਦੇ ਧਰਨਾ ਲਾਉਣ ਤੋਂ ਬਾਅਦ ਚੰਡੀਗੜ੍ਹ ਪੁਲਿਸ ਆ ਗਈ, ਜਿੱਥੇ ਇਹਨਾਂ ਸਾਰਿਆਂ ਨੂੰ ਫੜ ਕੇ ਥਾਣੇ ਲੈ ਕੇ ਕਹਿੰਦੇ ਜੀ ਅਸੀਂ ਵੀ ਰੌਲਾ ਨੀ ਪਾ ਰਹੇ, ਕੋਈ ਸ਼ੋਰ ਨੀ ਬਚਾ ਰਹੇ, ਸਾਡੀ ਆਹ ਮੰਗ ਮੁੱਖ ਮੰਤਰੀ ਨੇ ਬਚਾ ਦਿਓ ਵੀ ਅਸੀਂ ਕਹਿੰਦੇ 15 ਅਗਸਤ ਕੱਲ ਲੱਗੀ ਆ ਵੀ ਸਾਨੂੰ ਇਹ ਰਸਤਾ ਦਿੱਤਾ ਜਾਵੇ, ਸ਼ਹੀਦ ਜਿਹੜੇ ਸੁਖਦੇਵ ਥਾਪਰ ਆ ਉਹਨਾਂ ਦੀ ਜਨਮ ਸਥਾਨ ਜਿਹੜਾ ਛੱਪਤਾ ਬਹੁਤ ਛੋਟਾ, ਲੋਕਾਂ ਨੇ ਜਾਣਾ ਮੁਸ਼ਕਿਲ ਹੁੰਦਾ ਤੇ ਤੁਹਾਨੂੰ ਤੁਸੀਂ ਪਹਿਲਾਂ ਵੀ ਕਹਿ ਚੁੱਕੀ ਜਦੋਂ ਤੇ ਚੌੜਾ ਬਜਾ ਰਸਤਾ ਦਿੱਤੇ ਸਨ, ਪਰ ਇਹਨਾਂ ਨੂੰ ਗੱਲ ਫੜ ਕੇ ਲੈ ਗਏ ਜੀ ਚੰਡੀਗੜ੍ਹ ਪੁਲਿਸ ਵਾਲੇ। ਕਿੱਡੀ ਮੰਦਭਾਗੀ ਗੱਲ, ਬੜੇ ਅਫਸੋਸ ਦਾ ਕਹਿਣਾ ਪੈਂਦਾ। ਸੰਦੀਪ ਜੀ ਭਗਤ ਸਿੰਘ ਦਾ ਸਾਥੀ ਕਿ ਕਿਸ਼ੋਰੀ ਲਾਲ ਹੁੰਦਾ ਸੀ, ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਸੀ, 20 ਸਾਲ ਸਜ਼ਾ ਕੱਟੀ ਉਹਨੇ ਆਜ਼ਾਦੀ ਦੀ ਲੜਾਈ ਦੇ ਵਿੱਚ, ਕੁੱਟ ਖਾਧੀ ਅੰਗਰੇਜ਼ਾਂ ਅੱਡ ਤੁੜਵਾਏ ਤੇ ਆਜ਼ਾਦੀ ਤੋਂ ਬਾਅਦ ਜਿੰਨੀਆਂ ਚੋਣਾਂ ਲੜਿਆ ਸਾਡੇ ਲੋਕਾਂ ਨੇ ਪਾਇਆ, ਇਹ ਸਾਡੀ ਕਰਤੂਤ ਆ। ਮੈਂ ਕਹਿੰਦਾ ਭਗਤ ਸਿੰਘ ਜੀ ਸ਼ਹੀਦ ਹੋ ਗਏ, ਚੰਗਾ ਹੋਇਆ ਜੇ ਨਾ ਸ਼ਹੀਦ ਹੁੰਦੇ ਨਾ, ਇਹਨਾਂ ਨੂੰ ਯਾਰ ਸਾਡੇ ਜਿਹੜੇ ਸਮਗਲਰ ਨੇ ਤਸਕਰ ਦਾ ਰਾਹ ਦੇਣਾ। ਜਦੋਂ ਹਰ ਜਾਂਦਾ ਰਿਹਾ ਕੰਮ ਕਰਦਾ ਰਿਹਾ, ਸਮਾਜ ਸੇਵੀ ਕਿਸ ਕਰਦਾ ਸੀਗਾ, ਸਮਾਜ ਸੇਵੀ ਦੇ ਵਿੱਚ ਇੱਕ ਗਰੀਬ ਦੇ ਨਾਲ ਜਾਂਦਾ ਵਾ, ਇਹਦਾ ਕੰਮ ਜਾਇਜ਼, ਇਹ ਕੰਮ ਕਰ ਕੇ ਲੈਂਦਾ ਤੁਸੀਂ। ਮੈਂ ਫਲਾਣਾ ਫਲਾਣਾ ਭਗਤ ਸਿੰਘ ਮੇਰੇ ਜਵਾਬ ਤੋਂ ਕੀ ਮਿਲਦਾ, ਉਹ ਚੌਧਰੀ ਬਣਿਆ ਉੱਥੇ ਜਾਂ ਤੁਰੇ ਫਿਰਦੇ ਜੀਤ ਲੱਗ ਜਾ ਆਪਣੇ ਮੈਂਤਰੀ ਸ਼ੀਤ ਕੀ ਲੈਣਾ, ਕੋਈ ਗੱਲ ਅਗਲੇ ਦਿਨ ਕਿਸੇ ਪੱਤਰਕਾਰ ਨੂੰ ਪਤਾ ਲੱਗਦਾ ਉਹ ਖਬਰ ਛਾਪ ਦਿੰਦਾ, ਮੈਂ ਤੁਹਾਨੂੰ ਵੇਖਣਗਾ ਵੀ ਇੱਥੇ ਕਿੱਥੇ ਨੁਕਸ ਕਿੱਥੇ ਹੈਗਾ। ਡਾਕਟਰ ਜਿੰਦਰ ਪ੍ਰਸਾਦ ਸਾਡੇ ਦੇਸ਼ ਦੇ ਰਾਸ਼ਟਰਪਤੀ ਤੋਂ ਖਬਰ ਪੜ੍ਹਦੇ ਆ, ਇਮੀਡੀਏਟਲੀ ਆਰਡਰ ਕਰਦੇ ਵੀ ਇਹ ਬੰਦਾ ਇਸ ਮੁਸੀਬਤ ਨਾਲ ਜੀ, ਉਹ ਬੰਦਾ ਫਿਰ ਕਿਸ਼ੋਰੀ ਲਾਲ ਕੋਲ ਨੂੰ, ਕਿਸ਼ੋਰੀ ਲਾਲ ਮੇਰੇ ਤੇ ਕਿਸ਼ੋਰੀ ਲਾਲ ਨਾ ਮੈਂ ਖਬਰ ਦਿੱਤੀ ਆ ਨਾ ਪਤਾ ਵਾ, ਇਹਨੇ ਖਬਰ ਲਈ ਜਾਗਣ ਵਿੱਚ ਮੈਂ ਤੇਰੀ ਕੀ ਮਦਦ ਕਰ ਸਕਦਾ, ਉਹ ਤੋਂ ਜਵਾਬ ਦੇ ਰਾਸ਼ਟਰਪਤੀ ਕੀ ਕਹਿੰਦਾ, ਉਹ ਵਾਕਿਆ ਬੰਦਾ ਡਿਸਮਿਸ ਕੀ ਦਿੱਤਾ ਸੀ। 2005 ਦੇ ਵਿੱਚ ਬਕਾਇਦਾ ਤੌਰ ਤੇ ਸਾਡੇ ਰਾਸ਼ਟਰਪਤੀ ਅਬਦੁਲ ਕਲਾਮ ਜਲਿਆਂ ਵਾਲੇ ਬਾਗ ਆਉਂਦੇ ਨੇ, ਜਲਿਆਂ ਵਾਲੇ ਬਾਗ ਡੀਸੀ ਨੂੰ ਜਲਿਆਂ ਵਾਲੇ ਬਾਗ ਦਾ ਕੋਈ ਆਈ ਵਿਟਨੈਸ ਕੀਤਾ, ਕਹਿੰਦੇ ਜੀ ਹੈਗਾ ਬਾਪੂ ਇੱਥੋਂ ਕਿੰਨੀ ਦੂਰ ਆ, ਕਹਿੰਦੇ 3 ਕਿਲੋਮੀਟਰ, ਗੱਡੀਆਂ ਕਿਹੜਾ ਚੱਲੀ ਜਾਂਦਾ
ਤੇ ਦੇਸ਼ ਦਾ ਰਾਸ਼ਟਰਪਤੀ ਉਹਦੇ ਪਰਿਵਾਰ ਦੇ ਵਿੱਚ ਜਾ ਕੇ ਤਾੜੀ ਮੱਝੀ ਤੇ ਬੈਠਦਾ। ਜਦੋਂ ਉਹਦੇ ਕੋਲ ਵਿਚਾਰ ਸੁਣਦਾ ਤੇ ਉਸ ਰਾਸ਼ਟਰਪਤੀ ਦੀ ਅੱਖਾਂ ਚ ਹੰਝੂ ਆਪਣੇ ਆਪ ਪਰਲ ਪਰਲ ਹੁੰਦੀ ਜਾਂਦੀ। ਦੇਸ਼ ਦਾ ਰਾਸ਼ਟਰਪਤੀ ਕਹਿੰਦਾ ਆਪਣੀ ਤੁਹਾਡੀ ਕੋਈ ਮੰਗ ਵੀ ਦੱਸੋ। ਕਹਿੰਦਾ ਮੇਰੀ ਮੰਗ ਤੇ ਆ, ਮੇਰਾ ਪੁਸਤਕਾ ਵਿਹਦਾ ਮੇਰਾ ਪਹਿਲੇ ਦਾ ਨੌਕਰੀ ਦੇ ਦਿੱਤੀ। ਉਹ ਡੀਸੀ ਨੂੰ ਕਹਿੰਦੇ ਆ ਵੀ ਡੀਸੀ ਸਾਹਿਬ ਜਿਹੜੀ ਵੀ ਫਾਰਮੈਲਿਟੀ ਮੇਰੇ ਕੋਲ ਉਹਨਾਂ ਨੂੰ ਪਾ ਲਓ, ਜੋ ਕਰਨਾ ਕਰ ਲਓ, ਇਸ ਬੱਚੇ ਨੂੰ ਨੌਕਰੀ ਮਿਲਣੀ ਚਾਹੀਦੀ। ਉਹ ਵੀ ਰਾਸ਼ਟਰਪਤੀ ਸੀ ਵੀ ਰਾਸ਼ਟਰਪਤੀ ਉਹਨੇ ਤੇ ਏਡੀਸੀ ਡਿਸਕਸ ਕਰਾਤਾ ਤੇ ਇੱਥੇ ਅੱਜ ਬਾਪੂ ਮਹਿੰਗਾ ਸਿੰਘ ਦੂਰੀ ਜਾਂ ਤੋਂ ਜਾਤਕਾ ਵਾ ਇੱਕ ਉਹਦੇ ਪੁੱਤਰ ਨੂੰ ਨੌਕਰੀ ਡਾਕਟਰ ਅਬਦੁਲ ਕਾਮੀ ਜਾ ਚੁੱਕਾ ਤੇ ਇਸ ਕਰਕੇ ਇਹ ਬਣਿਆ ਇੱਕ ਇੱਕ ਬੜੀ ਤਕੜੀ ਮਾੜੀ ਘਟਨਾ ਵਾ ਕਿ ਸ਼ਹੀਦ ਦੇ ਪਰਿਵਾਰ ਦੀ। ਫਿਰ ਤੁਸੀਂ ਉਹ ਰਸਤਾ ਮੰਗਿਆ ਤੇ ਰਸਤਾ ਮੰਗਣ ਵਾਲਿਆਂ ਕਰਕੇ ਕਿਉਂਕਿ ਤੁਸੀਂ ਆਉਣਾ ਚਬਤ ਕਰਦੇ ਇੱਕ ਚਲੇ ਗਏ ਜੀ। ਜੀ ਪੰਡਿਤ ਸਾਹਿਬ ਬਹੁਤ ਬਹੁਤ ਧੰਨਵਾਦ, ਤੁਸੀਂ ਆਪਣਾ ਕੀਮਤੀ ਸਮਾਂ ਇਸ ਪ੍ਰੋਗਰਾਮ ਵਾਸਤੇ ਦਿੱਤਾ ਤੇ ਤੁਹਾਡਾ ਬਹੁਤ ਬਹੁਤ ਧੰਨਵਾਦ। ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ। ਸਬਸਕ੍ਰਾਈਬ ਟੂ ਵਨ ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ।